ਗੁੱਡ ਮਾਰਨਿੰਗ ਗਾਇਜ਼ ਸਭ ਤੋਂ ਵੱਡਾ ਕੁਐਸਚਨ ਜੋ ਕਿ ਆਪਾਂ ਅੱਜ ਡਿਸਕਸ ਕਰਨਾ ਹੈ ਸਭ ਦੇ ਮਨ ਦੇ ਵਿੱਚ ਇੱਕੋ ਹੀ ਕੁਐਸਚਨ ਹੈ ਸ਼ਟਾਪ ਹੈਗਾ ਕਿ ਕੀ ਆਪਾਂ ਪੀਸਟਟ ਦੇ ਰਿਜ਼ਲਟ ਤੋਂ ਬਿਨਾ ਮਾਸਟਰ ਕੈਟਰ ਫਿਲ ਕਰ ਸਕਦੇ ਆ ਤਾਂ ਉਹਦਾ ਆਨਸਰ ਕੀ ਆਏਗਾ ਉਹਦਾ ਆਨਸਰ ਆਏਗਾ ਜੀ ਨੋ ਉਹਦਾ ਵੀ ਰੀਜ਼ਨ ਹੈ ਕਿ ਆਪਾਂ ਵਿਦਆਊਟ ਪੀਸਟਟ ਰਿਜ਼ਲਟ ਮਾਸਟਰ ਕੈਟਰ ਕਿਉਂ ਨਹੀਂ ਫਿਲ ਕਰ ਸਕਦੇ ਕਿਉਂਕਿ ਜਿੰਨਾਟਮ ਰਿਜ਼ਲਟ ਨਹੀਂ ਆਂਦਾ ਆਪਾਂ ਆਪ ਦੇ ਮਾਰਕਸ ਉੱਥੇ ਸਹੀ ਤਰੀਕੇ ਨਾਲ ਨਹੀਂ ਫਿਲ ਕਰ ਸਕਾਂਗੇ ਠੀਕ ਹੈ ਉੱਥੇ ਮਾਰਕਸ ਵੀ ਫਿਲ ਕਰਨੇ ਹੁੰਦੇ ਨੇ ਸਾਦਾ ਕੁਛ ਆਪਾਂ ਫਿਲ ਕਰਨਾ ਹੁੰਦਾ ਤਾਂ ਉਹ ਆਪਾਂ ਨੂੰ ਹਜੇ ਤੱਕ ਆਪਣੇ ਮਾਰਕਸ ਦਾ ਆਈਡੀ ਆ ਨਹੀਂ ਹੈਗਾ ਹਾਂ ਅਗਰ ਰਿਵਾਈਜ਼ਡ ਆਨਸਰ ਕੀ ਵੀ ਆ ਜਾਂਦੀ ਨਾ ਤਾਂ ਵੀ ਆਪਾਂ ਫਿਲ ਕਰ ਦਿੰਦੇ ਜਾਂ ਤਾਂ ਰਿਵਾਈਜ਼ਡ ਆਨਸਰ ਕੀ ਦੇ ਦੇਣ ਰਿਜ਼ਲਟ ਭਾਵੇਂ ਨਾ ਦੇਣ ਤਾਂ ਰਿਵਾਈਜ਼ਡ ਆਨਸਰ ਕੀ ਤੋਂ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਆਪਣੇ ਕਿੰਨੇ ਮਾਰਕਸ ਬੰਦੇ ਆ ਠੀਕ ਹੈ ਤਾਂ ਉਹਦੇ ਨਾਲ ਆਪਾਂ ਨੂੰ ਪੂਰੀ ਕਲੈਰਿਟੀ ਹੋ ਜਾਏਗੀ ਤਾਂ ਹੁਣ ਕਈ ਬੱਚੇ ਆਦੇ ਨੇ ਜਿਹੜੇ 87 ਅਗਰ ਜਨਰਲ ਕੈਟਾਗਰੀ ਦੀ ਗੱਲ ਕਰੀਏ 87 88 80 9 90 91 92 93 ਲੋਕ ਤਿੰਨੇ ਨੰਬਰ ਉੱਤੇ ਤਿੰਨੇ ਨੰਬਰ ਥੱਲੇ ਤੇ ਪੂਰੇ 90 ਤੇ ਖੜੇ ਹੋਏ ਨੇ ਤਾਂ ਕੋਈ ਸ਼ੋਰਟੀ ਵੀ ਉਹਨਾਂ ਦੇ ਪੀਟੈਟ ਦੇ ਰਿਜ਼ਲਟ ਦੀ ਕੀ ਕਲੀਅਰ ਹੋਏਗਾ ਨਹੀਂ ਹੋਏਗਾ ਮੇਬੀ ਹੋ ਸਕਦਾ ਜਿੰਨਾਂ ਦਾ ਹੁਣ ਕਲੀਅਰ ਇਸ ਟਾਈਮ ਨਹੀਂ ਹੋ ਰਿਹਾ ਹੋ ਸਕਦਾ ਉਹਨਾਂ ਦਾ ਕਲੀਅਰ ਹੋ ਜੇ ਹੋ ਸਕਦਾ ਜਿਹੜੇ 90 ਤੇ ਨੇ ਇਸ ਟਾਈਮ ਉਹਨਾਂ ਦਾ ਇੱਕ ਅੱਧਾ ਨੰਬਰ ਘਟ ਜੇ ਠੀਕ ਹੈ ਤਾਂ ਕੁਝ ਵੀ ਪੋਸੀਬਲ ਹੈ ਤਾਂ ਆਪਾਂ ਰਿਸਕ ਨਹੀਂ ਲੈ ਸਕਦੇ ਵਿਦਆਊਟ ਪੀ ਸਟੈਟਸ ਰਿਜ਼ਲਟ ਐਗਜ਼ਾਮਪਲ ਕਰਨ ਦਾ ਹਾਂ ਕਿਰ ਆਪਾਂ ਫਿਲ ਕਰਦੇ ਹਾਂ ਤਾਂ ਡੇਟ ਤਾਂ ਆਬਵੀਅਸ ਹੈ ਕਿ ਬਦਲਣੀ ਹੀ ਬਦਲਣੀ ਹੈ ਅਗਰ ਰਿਜ਼ਲਟ ਨਹੀਂ ਆਇਆ ਪੀ ਟੈਟ ਦਾ ਤਾਂ ਡੇਟ ਬਦੇਗੀ ਪੀ ਟੈਟ ਬਦਲਣ ਨੂੰ ਮੌਕਾ ਪੀ ਟੈਟ ਹੋਏ ਹੀ ਤਾਂ ਆਏਗਾ ਕਿ ਮਾਸਟਰ ਕੈਰੈਕਟਰ ਦੇ ਵਿੱਚ ਪੀ ਟੈਟ ਵਾਲਾ ਨੂੰ ਮੌਕਾ ਦਿੱਤਾ ਜਾਵੇ ਆਦਰਵਾਇਜ਼ ਪੀ ਟੈਟ ਹੋਣੇ ਨਹੀਂ ਸੀ ਠੀਕ ਹੈ ਜੀ ਤਾਂ ਤੁਸੀਂ ਇਹ ਨਾ ਸੋਚ ਕੇ ਚੱਲੋ ਕਿ ਡੇਟ ਐਕਸਟੈਂਡ ਨਹੀਂ ਹੋਏਗੀ ਡੇਟ ਆਬਵੀਅਸ ਆ ਐਕਸਟੈਂਡ ਹੋਏਗੀ ਹੀ ਹੋਏਗੀ हां मान लो ਤੁਸੀਂ ਬਿਨਾ ਰਿਜ਼ਲਟ ਤੋਂ ਫਿਲ ਕਰ ਦਿੰਦੇ ਹੋ ਕਿ ਬਾਅਦ ਵਿੱਚ ਕਰੈਕਸ਼ਨ ਕਰ ਲਵਾਂਗੇ ਤਾਂ ਕੀ ਭਰੋਸਾ ਕਿ ਡੇਟ ਵੱਧ ਜੇ ਤੇ ਕਰੈਕਸ਼ਨ ਪੈਨਲ ਓਪਨ ਨਾ ਹੋਵੇ ਜੇ ਕਰੈਕਸ਼ਨ ਪੈਨਲ ਓਪਨ ਨਾ ਹੋਇਆ ਤਾਂ ਤੁਹਾਡਾ ਡਾਟਾ ਤਾਂ ਗਲਤ ਚੜਾ ਚਲਾ ਜਾਏਗਾ ਠੀਕ ਹੈ ਕੋਈ ਵੀ ਪੋਸੀਬਿਲਟੀ ਹੋ ਸਕਦੀ ਹੈ ਠੀਕ ਹੈ ਤਾਂ ਉਸ ਪੋਸੀਬਿਲਟੀ ਤੋਂ ਦੇ ਅਨੁਸਾਰ ਹੀ ਤੁਸੀਂ ਵੇਟ ਕਰੋ ਰਿਜ਼ਲਟ ਦਾ हां ਵਰਡ ਦੇ ਜੋ ਇੱਕ ਮਿਸਟੇਕ ਕਰਤੀ ਉਹ ਇਹ ਮਿਸਟੇਕ ਕਰਤੀ ਕਿ ਉਹਨਾਂ ਨੇ ਰਵਾਈਜ਼ਡ ਆਨਸਰ ਕੀ ਜਰੂਰ ਦੇਣੀ ਸੀ ਅਗਰ ਰਵਾਈਜ਼ਡ ਆਨਸਰ ਕੀ ਵੀ ਆ ਜਾਂਦੀ ਨਾ ਤਾਂ ਵੀ ਆਪਾਂ ਨੂੰ ਕਨਫਰਮੇਸ਼ਨ ਮਿਲ ਜਾਂਦੀ ਕਿ ਕਿੰਨੇ ਦੀ ਗ੍ਰੇਸ ਮਾਰਕਸ ਮਿਲੀ ਹੈ ਕਿ ਮੇਰੇ ਕਿੰਨੇ ਨੰਬਰ ਵੰਡੇ ਨੇ ਸਾਰੇ ਨੂੰ ਆਪੋ ਆਪਣਾ ਪਤਾ ਲੱਗ ਜਾਂਦਾ ਆਪੋ ਆਪਣਾ ਪਤਾ ਲੱਗ ਜਾਂਦਾ ਤਾਂ ਫਿਰ ਤਾਂ ਕੋਈ ਦਿੱਕਤ ਨਹੀਂ ਸੀ ਆਪਣੇ ਕੋਲ ਰੋਲ ਨੰਬਰ ਵੀ ਹੈਗਾ ਠੀਕ ਹੈ ਸਾਰਾ ਕੁਝ ਹੁੰਦਾ ਫਿਰ ਤਾਂ ਫਿਰ ਆਪਾਂ ਐਗਜ਼ਾਮ ਫਿਲ ਕਰ ਦਿੰਦੇ ਰਿਜ਼ਲਟ ਆਪਾਂ ਨੂੰ ਕੋਈ ਜ਼ਰੂਰੀ ਨਹੀਂ ਸੀਗਾ ਤਾਂ ਨੰਬਰਾਂ ਦੀ ਸ਼ੋਰਟੀ ਤਾਂ ਹੁੰਦੀ ਨਾ ਆਪਾਂ ਨੂੰ ਕਿ ਹਾਂ ਨੰਬਰਾਂ ਦੀ ਕਲੈਰਿਟੀ ਦੇ ਨਾਲ ਆਪਾਂ ਐਗਜ਼ਾਮ ਫਿਲ ਕਰ ਦਿੰਦੇ ਪਰ ਹੁਣ ਆਪਾਂ ਨੂੰ ਨੰਬਰਾਂ ਦੀ ਕਲੈਰਿਟੀ ਨਹੀਂ ਹੈਗੀ ਕਿ ਆਪਣੇ ਨੰਬਰ ਕਿੰਨੇ ਬਣਨਗੇ 90 ਵਾਲੇ ਨੂੰ ਵੀ ਡਰ ਹੈ 89 ਵਾਲਾ ਸੋਚ ਰਿਹਾ ਕਿ ਮੈਨੂੰ ਇੱਕ ਨੰਬਰ ਮਿਲ ਜੇ 88 ਵਾਲਾ ਸੋਚ ਰਿਹਾ ਮੈਨੂੰ ਦੋ ਨੰਬਰ ਮਿਲ ਜਾਣ ਠੀਕ ਹੈ ਜੀ ਉਵੇਂ ਹੀ 91 ਤੇ 92 ਵਾਲਿਆਂ ਦਾ ਹਾਲ ਹੈ ਵੀ ਕਿਤੇ ਘਟ ਨਾ ਜਾਣ ਠੀਕ ਹੈ ਤਾਂ ਸਭ ਦੇ ਮਨ ਦੇ ਵਿੱਚ ਕੋਈ ਡਰ ਬਣਿਆ ਹੋਇਆ ਹੈ ਠੀਕ ਹੈ ਤਾਂ ਕਰਕੇ ਆਪਾਂ ਜਿਹੜਾ ਐਗਜ਼ਾਮ ਹੈਗਾ ਉਹ ਫੇਲ ਨਾ ਕਰੀਏ ਤਾਂ ਬੈਟਰ ਹੈ ਠੀਕ ਹੈ ਜੀ ਕਿਉਂਕਿ ਕਰੈਕਸ਼ਨ ਆਪਾਂ ਨੂੰ ਕਰਨੀ ਵੀ ਪਵੇਗੀ ਬਾਅਦ ਚ ਜੇ ਤੁਸੀਂ ਹੁਣ ਵੀ ਫਿਲ ਕਰੋਗੇ ਤਾਂ ਬਾਅਦ ਚ ਕਰੈਕਸ਼ਨ ਕਰਨੀ ਪੈਗੀ ਤਾਂ ਹੋ ਸਕਦਾ ਤੁਸੀਂ ਹੁਣ ਫਿਲ ਕਰ ਤੋਂ ਠੀਕ ਹੈ ਉਹ ਤਾਂ ਪ੍ਰਿੰਟ ਆਊਟ ਲੈ ਲਓ ਸਭ ਕੁਝ ਕਰ ਲਓ ਬਾਅਦ ਚ ਕਰੈਕਸ਼ਨ ਕਰਨੀ ਭੁੱਲ ਜਓ ਤਾਂ ਡਾਟਾ ਗਲਤ ਹੋ ਜਾਏਗਾ ਤੇ ਜੋ ਚੰਗੇ ਨੰਬਰ ਆਉਣ ਦੇ ਬਾਵਜੂਦ ਵੀ ਤੁਸੀਂ ਜੋਬ ਤੋਂ ਰਹਿ ਸਕਦੇ ਹੋ ਠੀਕ ਹੈ ਜੀ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਇਸ ਫੈਸਲੇ ਨੂੰ ਆਪਾਂ ਸਹੀ ਤਰੀਕੇ ਨਾਲ ਜਾਣੀਏ ਸਹੀ ਤਰੀਕੇ ਨਾਲ ਲਾਗੂ ਕਰੀਏ ਕਿ ਹਾਂ ਆਪਾਂ ਸੋਚ ਵਿਚਾਰ ਕਰਕੇ ਇਸ ਤੇ ਇੱਕ ਡਿਸੀਜਨ ਬਣਾਈਏ ਕਿ ਆਪਾਂ ਫਾਰਮ ਫਿਲ ਕਰਨਾ ਜਾਂ ਨਹੀਂ ਤਾਂ ਅਕੋਰਡਿੰਗ ਟੂ ਮੀ ਇਗਜ਼ਾਮ ਆਪਾਂ ਨੂੰ ਫਿਲ ਕਰਨ ਦਾ ਕੋਈ ਬੈਨੀਫਿਟ ਨਹੀਂ ਹੈਗਾ ਕਿਉਂਕਿ ਓਬਵੀਅਸ ਹੈ ਕਿ ਜਿਹੜੀ ਇਗਜ਼ਾਮ ਦੇਆ ਸੌਰੀ ਆਪਣੀ ਡੇਟ ਹੈਗੀ ਹੈ ਮਾਸਟਰ ਅਕੈਡਮੀ ਦੀ ਉਹ ਬਦਲਣੀ ਹੀ ਬਦਲਣੀ ਹੈ ਰਿਜ਼ਲਟ ਤਾਂ ਕਿੰਨਾ ਵੀ ਲੰਬਾ ਅੱਜ ਇੱਕ ਨਿਊਜ਼ ਆ ਰਹੀ ਸੀ ਕਿ ਪੀ ਸਟੈਟ ਦੇ ਜਿਹੜੇ ਹੈਗੇ ਨੇ ਮਤਲਬ ਕਰਮਚਾਰੀ ਉਹ ਕਹਿ ਰਹੇ ਨੇ ਕਿ ਸਾਡਾ ਜਿਹੜਾ ਰਿਜ਼ਲਟ ਹੈਗਾ ਉਹ ਚੋਣ ਜਾ ਉਤੇ ਕਰਕੇ ਰੁਕਿਆ ਹੋਇਆ ਅਸੀਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੋਈ ਹੈ ਕਿ ਸਾਨੂੰ ਰਿਜ਼ਲਟ ਜਾਰੀ ਕਰਨ ਦਿੱਤਾ ਜਾਵੇ ਅਗਰ ਚੋਣ ਕਮਿਸ਼ਨ ਨਹੀਂ ਸਾਨੂੰ ਮਤਲਬ ਇਹ ਦਿੰਦਾ ਠੀਕ ਹੈ ਜੀ ਨਹੀਂ ਹਦਾਇਤ ਦਿੰਦਾ ਮਤਲਬ ਨਹੀਂ ਪਰਮਿਸ਼ਨ ਦਿੰਦਾ ਤਾਂ ਫਿਰ ਕਹਿੰਦੇ ਅਸੀਂ ਇਹ ਜਾਰੀ ਕਰਦਾ ਜਿਹੜਾ ਵੋਟਾਂ ਮਗਰੋਂ ਇਹ ਜਾਰੀ ਕਰਾਂਗੇ ਤਾਂ ਬਹੁਤ ਲੰਬਾ ਟਾਈਮ ਹੋ ਗਿਆ ਫਿਰ ਤਾਂ ਫਿਰ ਇਹਦਾ ਮਤਲਬ ਉਹਨਾ ਟਾਈਮ ਆਪਣਾ ਕੀ ਹੋਏਗਾ ਇਹਦਾ ਮਤਲਬ ਉਹਨਾ ਟਾਈਮ ਆਪਾਂ ਨੂੰ ਵੇਟ ਕਰਨਾ ਹੀ ਪਏਗਾ ਤੇ ਮਾਸਟਰ ਕਾਰਡ ਦੀ ਜਿਹੜੀ ਡੇਟ ਹੈ ਉਹ ਐਕਸਟੈਂਡ ਹੋਏਗੀ ਹੀ ਹੋਏਗੀ ਕਦੀ ਤਾਂ ਫਾਰਮ ਫਿਲ ਕਰਨ ਦਾ ਕੋਈ ਬੈਨੀਫਿਟ ਜ਼ਿਆਦਾ ਨਹੀਂ ਹੈਗਾ ਅਗਰ ਤੁਸੀਂ ਕਰਦੇ ਵੀ ਹੋ ਠੀਕ ਹੈ ਤਾਂ ਬਾਅਦ ਵਿੱਚ ਕਲੈਕਸ਼ਨ ਕਰਨੀ ਪਵੇਗੀ ਤੇ ਉਹਦੇ ਲਈ ਫਿਰ ਤੁਹਾਨੂੰ ਬੈਨੀਫਿਟ ਤਾਂ ਕਿਉਂ ਹੁਣ ਅਗਰ ਤੁਸੀਂ ਫਿਲ ਵੀ ਕਰਦੇ ਹੋ ਤਾਂ ਵੀ ਕੋਈ ਬੈਨੀਫਿਟ ਨਹੀਂ ਹੋਣ ਵਾਲਾ ਵਾਈਟ ਚਾਂਸ ਅਗਰ ਕਿਸੇ ਦਾ ਕਲੀਅਰ ਨਹੀਂ ਹੁੰਦਾ ਤਾਂ ਉਹਦੇ ਪੈਸੇ ਵੇਸਟ ਜਾਣਗੇ ਹਾਂ ਅਗਰ ਤੁਹਾਨੂੰ ਪੈਸਿਆਂ ਦੀ ਨਹੀਂ ਪ੍ਰਵਾਹ ਹੈਗੀ ਕਿ ਚਲੋ ਫੀਸ ਲੱਗਦੀ ਆ ਤਾਂ ਲੱਗ ਜਾਏ ਕੋਈ ਦਿੱਕਤ ਨਹੀਂ ਫਿਰ ਤੁਸੀਂ ਫਿਲ ਕਰਦੋ ਭਾਵੇਂ ਠੀਕ ਹੈ ਤਾਂ ਜਿਹੜੇ ਮਤਲਬ ਜ਼ਿਆਦਾ ਜਿਹੜੇ ਉਹ ਹੈਗੇ ਨੇ 96 97 98 ਉਹ ਬੇਸ਼ੱਕ ਫਿਲ ਕਰ ਦੇਣ ਕਿਉਂਕਿ ਉਹਨਾਂ ਨੂੰ ਦਰਨੀ ਹੈਗਾ ਉਹਨਾਂ ਦਾ ਆਲਵੇਸ ਕਲੀਅਰ ਹੀ ਰਹੇਗਾ ਇੱਕ ਦੋ ਨੰਬਰ ਉੱਤੇ ਥੱਲੇ ਹੋ ਜਾਣਗੇ ਤਾਂ ਕਲੈਕਸ਼ਨ ਪੈਨਲ 'ਚ ਜਾ ਕੇ ਕਲੈਕਸ਼ਨ ਵੀ ਕਰ ਸਕਦੇ ਆ ਬਟ ਜੋ 98 uh, 92 ਸਦਿਕ 92 91 90 89 88 87 ਇੱਥੋਂ ਤੱਕ ਦੇ ਨੇੜੇ ਤੇੜੇ ਕੈਂਡੀਡੇਟ ਨੇ ਉਹਨਾਂ ਨੂੰ ਤਾਂ ਫਿਲ ਕਰਨ ਦਾ ਬਿਲਕੁਲ ਜਮਾਂ ਦਮ ਨਹੀਂ ਹੈਗਾ ਕਿਉਂਕਿ ਉਹਨਾਂ ਨੂੰ ਕੋਈ ਕਲੀਅਰਟੀ ਨਹੀਂ ਹੈਗੀ ਕਿ ਉਹਨਾਂ ਦਾ ਕਲੀਅਰ ਹੋਏਗਾ ਜਾਂ ਨਹੀਂ ਤੁਸੀਂ ਫਿਲ ਕਰਦੋ ਜੇ ਪੀਟੈਟ ਕਲੀਅਰ ਨਾ ਹੋਵੇ ਤਾਂ ਫਿਰ ਉਹ ਪੈਸੇ ਵੀ ਵੇਸਟ ਜਾਣਗੇ ਤੇ ਤੁਹਾਨੂੰ ਵੀ ਦੁੱਖ ਹੋਏਗਾ ਵੀ ਹਾਂ ਪੀਟੈਟ ਵੀ ਕਲੀਅਰ ਨਹੀਂ ਹੋਇਆ ਮੈਂ ਮਾਸਟਰ ਕਾਡਰ ਵੀ ਫਿਲ ਕਰ ਦਿੱਤਾ ਠੀਕ ਹੈ ਜੀ ਤਾਂ ਉਹ ਸਾਰਾ ਕੁਝ ਫਿਰ ਐਸੇ ਤਰ੍ਹਾਂ ਹੀ ਹੋ ਜਾਏਗਾ ਹਾਂ ਜੇ ਤੁਸੀਂ ਇਮਤਿਹਾਨ ਦੇ ਕੇ ਦੇਖਣਾ ਚਾਹੁੰਦੇ ਹੋ ਵੀ ਚਲ ਕਲੀਅਰ ਹੋਵੇ ਨਾ ਹੋਵੇ ਪੀਟੈਟ ਆਪਾਂ ਇਮਤਿਹਾਨ ਦੇ ਕੇ ਦੇਖ ਲਈਏ ਫਿਰ ਭਾਵੇਂ ਫਿਲ ਕਰਦੋ ਕਿਉਂਕਿ ਫਿਰ ਤਾਂ ਉਹਦੇ ਲਈ ਤਾਂ ਤੁਹਾਨੂੰ ਇਮਤਿਹਾਨ ਫਿਰ ਫਿਲ ਕਰਨੀ ਪੈਣਾ ਹੈ ਅਗਰ ਤੁਸੀਂ ਦੇਖਾ ਦੇ ਕੇ ਦੇਖਣਾ ਚਾਹੁੰਦੇ ਹੋ ਤਾਂ ਜੇ ਤੁਸੀਂ ਮਾਸਟਰ ਕਾਰਡਾ ਦੇ ਕੇ ਦੇਖਣਾ ਚਾਹੁੰਦੇ ਹੋ ਫਿਰ ਭਾਵੇਂ ਦੀ ਫਿਲ ਕਰ ਦਿਓ ਫਿਰ ਐਕਸ਼ਨ ਪੈਨਲ ਓਪਨ ਹੋਏਗਾ ਉਦੋਂ ਕਲੈਕਸ਼ਨ ਕਰ ਲਿਓ ਠੀਕ ਹੈ ਜੀ ਤਾਂ ਇਹ ਗੱਲਾਂ ਸੀਗਾ ਕਿ ਜੋ ਤੁਹਾਡੇ ਨਾਲ ਸਾਂਝੀਆਂ ਕਰਦੀਆਂ ਸੀ ਕਿ ਆਪਾਂ ਨੂੰ ਬੈਨੀਫਿਟ ਹੈ ਜਾਂ ਨਹੀਂ ਤਾਂ ਮੁੱਖ ਦੀ ਗੱਲ ਇਹੀ ਹੈ ਜੀ ਕਿ ਜ਼ਿਆਦਾ ਬੈਨੀਫਿਟ ਨਹੀਂ ਹੈਗਾ ਫਿਲ ਕਰਨ ਦਾ ਹਾਂ ਗਾ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਕਰ ਵੀ ਸਕਦੇ ਹੋ ਬਟ ਇਹਦਾ ਕੋਈ ਜ਼ਿਆਦਾ ਬੈਨੀਫਿਟ ਆਪਾਂ ਨੂੰ ਨਹੀਂ ਹੋਣ ਵਾਲਾ ਠੀਕ ਹੈ ਜੀ ਤਾਂ ਜਾਣਕਾਰੀ ਚੰਗੀ ਲੱਗੀ ਤਾਂ ਪਲੀਜ਼ ਸ਼ੇਅਰ ਜ਼ਰੂਰ ਕਰ ਦਿਓ ਆਪਦੇ ਫਰੈਂਡਸ ਦੇ ਨਾਲ ਜਾਂ ਸਾਰਿਆਂ ਨੂੰ ਤਾਂ ਕਿ ਹੋਰਾਂ ਨੂੰ ਵੀ ਪਤਾ ਲੱਗ ਸਕੇ ਕਿ ਆਪਣੇ ਕੀ ਸੋਚ ਨਾਲ ਆਪਾਂ ਫਿਲ ਕਰਨਾ ਚਾਹੀਦਾ ਹੈ ਕਿ ਸੋਚ ਨਾਲ ਨਹੀਂ ਤੇ ਰਿਜ਼ਲਟ ਦਾ ਜੀ ਕੁਝ ਕਹਿ ਨਹੀਂ ਸਕਦੇ ਆਪਾਂ ਰਿਜ਼ਲਟ ਕਦੋਂ ਵੀ ਆ ਸਕਦਾ ਹੈ ਬੋਰਡ ਨੇ ਜੋ ਚੋਣ ਕਮਿਸ਼ਨ ਹੈ ਉਸ ਤੋਂ ਪਰਮਿਸ਼ਨ ਮੰਗੀ ਹੋਈ ਹੈ ਅਗਰ ਪਰਮਿਸ਼ਨ ਮਿਲਦੀ ਹੈ ਤਾਂ ਹੋਪ ਰਿਜ਼ਲਟ ਜਲਦੀ ਹੀ ਜਾਰੀ ਹੋ ਜਾਏਗਾ ਨਹੀਂ ਤਾਂ ਫਿਰ ਇਲੈਕਸ਼ਨ ਤੋਂ ਬਾਅਦ ਹੀ ਰਿਜ਼ਲਟ ਜਾਰੀ ਹੋਣ ਦੀ ਪੋਸੀਬਿਲਿਟੀ ਹੈ ਠੀਕ ਹੈ ਜੀ ਥੈਂਕ ਯੂ tekke